ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ, ਮੇਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਦਿਸ਼ਾ ਨਿਰਦੇਸ਼ ਅਸੀਂ ਪੂਰੇ ਪੰਜਾਬ ਵਿੱਚ ਸਵੱਛ ਪੰਜਾਬ ਪੰਦਰਵਾੜਾ ਆਪਾਂ ਸ਼ੁਰੂ ਕਰ ਰਹੇ ਹਾਂ ਮੁਹਿੰਮ ਦੀ, ਜੋ ਕਿ 24 ਅਕਤੂਬਰ ਤੋਂ ਲੈ ਕੇ 7 ਨਵੰਬਰ ਤੱਕ ਹੋਵੇਗੀ। ਅਤੇ ਇਹਦੇ ਪਿੱਛੇ ਜਿਹੜਾ ਬੇਸਿਕਸ, ਜਿਹੜੀ ਸੋਚ ਸੀਗੀ, ਜਿੱਦਾਂ ਕਿ ਹੁਣ ਅਸੀਂ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਆ ਪੂਰੇ ਭਾਰਤ ਵਿੱਚ, ਪੂਰੇ ਵਿਸ਼ਵ ਵਿੱਚ ਅਸੀਂ ਆਪਾਂ ਹੁਣ ਤਿਉਹਾਰ ਮਨਾਉਂਦੇ ਹਾਂ, ਜਿਹੜਾ ਸਾਡਾ ਦੀਪਾਵਲੀ ਤਿਉਹਾਰ ਹੈਗਾ, ਉਹ ਸਭ ਤੋਂ ਵੱਡਾ ਤਿਉਹਾਰ ਹੈਗਾ ਹਿੰਦੁਸਤਾਨ ਵਾਸਤੇ, ਭਾਰਤ ਵਾਸਤੇ। ਅਤੇ ਉਸ ਮੌਕੇ ਜਿੱਦਾਂ ਕਿ ਅਸੀਂ ਪੀੜ੍ਹੀਆਂ ਤੋਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ, ਉਸੇ ਸੋਚ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਅਸੀਂ ਘਰ ਦੀ ਸਫਾਈ ਕਰਨੀ ਆ। ਅਤੇ ਅਸੀਂ ਆਪਣੇ ਆਲੇ ਦੁਆਲੇ ਦੀ ਸਫਾਈ ਕਰੀਏ, ਬਾਹਰ ਦੀ ਵੀ ਸਫਾਈ ਕਰੀਏ, ਆਪਣੇ ਸ਼ਹਿਰ ਦੀ ਵੀ ਸਫਾਈ ਕਰੀਏ, ਇਹੀ ਸੋਚ ਨੂੰ ਲੈ ਕੇ ਅਸੀਂ ਅੱਜ ਹੋ ਰਹੇ ਹਾਂ। ਅਤੇ ਜਦ ਇਹਦੀ ਸ਼ੁਰੂਆਤ ਅਸੀਂ ਪੂਰੇ ਪੰਜਾਬ 'ਚ ਕੀਤੀ ਆ, ਅਤੇ ਮੈਂ ਖੁਦ ਅੱਜ ਜਲੰਧਰ ਵਿਖੇ ਆਏ ਹਾਂ, ਆਪਾਂ ਪਿਛਲੇ ਚੌਂਕ 'ਚ ਕੀਤੀ, ਅਤੇ ਹੁਣ ਅਸੀਂ BAB ਚੌਂਕ ਖੜ੍ਹੇ ਹਾਂ। ਅਤੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਰਾਹੀਂ, ਆਪਣੇ ਡਿਪਾਰਟਮੈਂਟ ਰਾਹੀਂ, ਕਿ ਅਸੀਂ ਇਸ ਮੁਹਿੰਮ ਨੂੰ, ਇਸ ਕੰਪੇਨ ਨੂੰ ਅਸੀਂ ਪੂਰਾ ਕਾਮਯਾਬ ਕਰੀਏ। ਅਤੇ ਜਿੱਥੇ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ, ਡਿਪਾਰਟਮੈਂਟ ਵੱਲੋਂ ਪੂਰੀ ਆਪਾਂ ਲੱਗੇ ਹੋ, ਦਿਨ ਰਾਤ, ਸਵੇਰੇ ਵੀ ਮੁਹਿੰਮ ਚੱਲੀ ਹੈ ਅਤੇ ਰਾਤ ਨੂੰ ਵੀ ਮੁਹਿੰਮ ਚੱਲੀ ਹੈ, ਘੰਟਾ ਪੂਰੇ ਪੰਜਾਬ ਵਿੱਚ ਅਰਬਨ ਬੋਡੀਜ਼ ਚੱਲੀ ਹੈਗੀਆਂ। ਅਤੇ ਮੈਂ ਚਾਹੂੰਗਾ ਵੀ ਸੰਗਤ ਨੂੰ, ਪੰਜਾਬ ਦੀ ਜਨਤਾ ਨੂੰ ਵੀ ਤੁਸੀਂ ਵੀ ਪੂਰਾ ਵੱਧ ਚੜ੍ਹ ਕੇ ਸਾਡਾ ਸਾਥ ਦਿਓ, ਸਹਿਯੋਗ ਦਿਓ। ਅਤੇ ਮੈਂ ਇੱਕ ਗੱਲ ਜ਼ਰੂਰ ਅਸੀਂ ਮੈਂ ਕਹੂੰਗਾ ਕਿ ਪੰਜਾਬ ਇੱਕ ਪੜ੍ਹਿਆ ਲਿਖਿਆ ਸੂਬਾ ਹੈਗਾ, ਅਤੇ ਇੱਕ ਅਸੀਂ ਚੰਗੇ ਨਾਗਰਿਕ ਦਾ ਵੀ ਅਸੀਂ ਆਪਾਂ ਉਦਾਹਰਨ ਦਈਏ। ਡਿਪਾਰਟਮੈਂਟ ਵੱਲੋਂ, ਸਰਕਾਰ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਜਾਊਗੀ। ਅਤੇ ਮੈਂ ਚਾਹੂੰਗਾ ਕਿ ਜਿਹੜੀ ਸਾਡੀ ਡਿਸਪੋਜ਼ਲ ਹੈਗੀ ਹੈ ਕੂੜੇ ਦੀ, ਚਾਹੇ ਕਿੱਲਾ ਕੂੜਾ ਜਾਂ ਸੁੱਕਾ ਕੂੜਾ, ਜਿੱਥੇ ਇੱਥੇ ਵੀ ਬਿੱਲ ਬਣੇ ਹੋਏ ਆ, ਖਾਸ ਕਰਕੇ ਮੈਂ ਕਹੂੰਗਾ ਕਿ ਜਿਹੜੇ ਸਾਡੇ ਮਾਰਕੀਟਸ ਹੈਗੀਆਂ ਜਾਂ ਸ਼ੋਪਕੀਪਰਸ ਹੈਗੇ ਆ, ਅਤੇ ਉਹ ਉੱਥੇ ਉਹਨੂੰ ਡਿਸਪੋਜ਼ਲ ਕਰਨ, ਅਤੇ ਉਹਨਾਂ ਦੀ ਵੀ ਸਾਨੂੰ ਬੜੀ ਸਾਥ ਦੀ ਲੋੜ ਹੈ, ਬੜੀ ਹੈਲਪ ਦੀ ਲੋੜ ਹੈ। ਸੋ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ, ਪੂਰੇ ਪੰਜਾਬ ਨੂੰ, ਜਿਹੜੇ ਸਾਡੇ ਤਿਉਹਾਰ ਆਉਣ ਵਾਲੇ ਨੇ, ਫੈਸਟੀਵਲ, ਦੀਵਾਲੀ, ਵਿਸ਼ਵਕਰਮਾ ਜੀ, ਉਹਦੀ ਸਾਨੂੰ ਵਧਾਈ ਦਾ ਮੁਬਾਰਕਬਾਦ ਦਿੰਦਾ। ਅਤੇ ਮੈਂ ਇਹੀ ਬੇਨਤੀ ਕਰਦਾ ਕਿ ਇਸ ਮੁਹਿੰਮ ਨੂੰ ਕਾਮਯਾਬ ਕਰੀਏ, ਤਾਂ ਕਿ ਅਸੀਂ ਇੱਕ ਸਾਫ ਪੰਜਾਬ, ਸੁਥਰਾ ਪੰਜਾਬ, ਸਵੱਛ ਪੰਜਾਬ। ਡਾਕਟਰ ਸਾਹਿਬ, ਤੁਹਾਡੇ ਵੱਲੋਂ ਤਾਂ ਪੂਰੇ ਨਗਰ ਨਿਗਮ ਵੱਲੋਂ ਵੀ ਪੂਰੇ ਸਟੈਪ ਚੱਕੇ ਜਾਂਦੇ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅੱਜ ਵੀ ਕਿਹੜੇ ਲੋਕ ਕਿਹੜੇ ਗੰਦਗੀ ਫੈਲਾਉਂਦੇ? ਜੀ, ਮੈਂ ਇਹੀ ਅਪੀਲ ਕਰੂੰਗਾ, ਬੇਨਤੀ ਕਰੂੰਗਾ, ਕਿਉਂਕਿ ਇਹ ਜਿਹੜੀ ਕੰਪੇਨ ਆ ਪੂਰੇ ਪੰਜਾਬ ਲਈ ਹੈਗੀ ਆ, ਅਤੇ ਇਹਦੇ ਵਿੱਚ ਜਿਹੜਾ ਯੋਗਦਾਨ ਆ, ਜਿੰਨਾ ਸਰਕਾਰ ਨੇ ਕੰਮ ਕਰਨਾ, ਉਨਾ ਹੀ ਯੋਗਦਾਨ ਜਿਹੜਾ ਹੈਗਾ ਉਹ ਲੋਕਾਂ ਦਾ ਵੀ ਹੁੰਦਾ, ਨਾਗਰਿਕ ਦਾ ਵੀ, ਸੰਗਤ ਦਾ ਵੀ ਹੁੰਦਾ, ਉਨਾ ਹੀ ਰੋਲ ਸੰਗਤ ਦਾ ਵੀ ਹੁੰਦਾ। ਅਤੇ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਆ, ਪ੍ਰਸ਼ਾਸਨ ਦੀ, ਜਿਹੜੇ ਸਾਡੇ ਸਫਾਈ ਸੇਵਕ, ਸਫਾਈ ਮਿੱਤਰ ਹੈਗੇ ਆ, ਉਹ ਸਾਰੇ ਕਾਰੇ ਨੇ। ਅਤੇ ਮੈਂ ਚਾਹੂੰਗਾ ਸੰਗਤ ਨੂੰ, ਜਨਤਾ ਵੀ, ਜਿੱਥੇ ਇੱਥੇ ਪੁਆਇੰਟਸ ਬਣੇ, ਡਿਸਪੋਜ਼ਲ ਪੁਆਇੰਟ ਬਣੇ, ਉੱਥੇ ਤੁਸੀਂ ਕੂੜਾ ਸਿੱਟੋ। ਅਤੇ ਮੈਂ ਕਹੂੰਗਾ ਜੇ ਉਹ ਇੱਦਾਂ ਹੋ ਜਾਵੇ ਤਾਂ ਆਪਣੇ ਆਪ ਹੀ ਸਾਰਾ ਪੰਜਾਬ ਸਾਫ਼ ਹੋ ਜਾਊਗਾ। ਨਾਲ ਸਾਡੇ ਪੂਰਾ ਪ੍ਰਸ਼ਾਸਨ ਨੇ, ਸਾਡੇ ਡਾਇਰੈਕਟਰ ਸਾਹਿਬ ਆਏ ਨੇ, ਗੁਰਪ੍ਰੀਤ ਖਹਿਰਾ ਜੀ, ਸਾਡੇ DC ਸਾਹਿਬਾਨ ਨੇ, ਸਾਡੇ ਇੱਥੋਂ ਕਮਿਸ਼ਨਰ ਸਾਹਿਬਾਨ ਨੇ, ਅਤੇ ਸਾਡੇ ਚੰਦਨ ਗਰੇਵਾਲ ਸਾਡੇ ਭਰਾ ਨੇ ਜਲੰਧਰ ਦੇ, ਜਿਹੜੀ ਇੱਕ ਮਹਾਨ ਹਸਤੀ, ਜਿਨ੍ਹਾਂ ਦੀ ਕੋਈ ਤਾਰੀਫ ਨਹੀਂ, ਕੋਈ ਅਸੀਂ ਕੁਛ, ਸਾਡੇ ਕੋਈ ਸ਼ਬਦ ਨਹੀਂ ਹੈਗੇ। ਅਤੇ ਮੈਂ ਚਾਹੂੰਗਾ ਕਿ ਇਹਨਾਂ ਨੂੰ ਵੀ ਜ਼ਰੂਰ ਤੁਸੀਂ ਥੋੜ੍ਹੇ ਦੋ ਸ਼ਬਦ ਆਪਣੇ